ਜੀ ਕੀ ਹਾਲ ਚਾਲ ਜੀ, ਵਧੀਆ ਠੀਕ ਠਾਕ। ਵੀਡੀਓ ਨੂੰ ਕਰੋ ਸ਼ੇਅਰ, ਲਾਈਕ, ਕਮੈਂਟ, ਚੈਨਲ ਨੂੰ ਕਰੋ ਸਬਸਕ੍ਰਾਈਬ। ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ, ਸ਼ੇਅਰ ਕਰਿਆ ਕਰੋ, ਲਾਈਕ ਕਰਿਆ ਕਰੋ, ਕਮੈਂਟ ਕਰਿਆ ਕਰੋ। ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ। ਸਾਰੇ ਵੀਰਾਂ ਸਤਿ ਸ਼੍ਰੀ ਅਕਾਲ। ਕਿਸਾਨ ਭਰਾਵਤ ਚੱਲਦਾ ਜੀ ਸਫਾਈ ਦਾ ਕੰਮ, ਝੋਨੇ ਦੇ ਵਿੱਚੋਂ ਜਿਹੜੇ ਕੱਖ ਨੇ ਮਾੜੇ ਮੋਟੇ ਜੋ ਵੀ ਹੈਗਾ ਲੱਗੇ ਹੋਏ ਨੇ ਕੱਢਣ ਬੰਦੇ। ਆ ਦੇਖੋ ਲਓ ਜੀ, ਕਰੋ ਵੱਟ ਚੈੱਕ, ਨਾਲੇ ਕੱਖ ਕੱਢ ਹੁੰਦੇ ਨੇ ਅਤੇ ਨਾਲੇ ਵੱਟ ਦੀ ਸਫਾਈ ਹੋ ਰਹੀ ਹੈ, ਨਾਲ ਹੁੰਦੇ ਹੀ ਬੰਦਾ ਲੱਗਿਆ ਹੋਇਆ। ਦੇਖੋ ਮੌਸਮ ਰੋਜ਼ ਹੀ ਵਿਗੜ ਜਾਂਦਾ ਪਰ ਕਰਦਾ ਕੁਛ ਨਹੀਂ ਹੈਗਾ। ਹੁਣ ਲੋੜ ਹੈ, ਹੁਣ ਇਹਨੇ ਪਾਉਣਾ ਨਹੀਂ, ਜਦ ਆਪਾਂ ਨੂੰ ਲੋੜ ਨਹੀਂ ਹੋਣੀ ਫਿਰ ਇਹ ਚੜ੍ਹ ਚੜ੍ਹ ਕੇ ਆਊਗਾ, ਫਿਰ ਰੋਜ਼ਾਨਾ ਪਾ ਕੇ ਜਾਇਆ ਕਰੂ, ਨਾਲੇ ਫਸਲਾਂ ਦਾ ਨੁਕਸਾਨ। ਅਤੇ ਜਦ ਨਿਸਰਨ ਲੱਗ ਗਈਆਂ ਜਿਹੜੀਆਂ 1500 ਨੌ ਨੇ, ਉਹ ਤਾਂ ਭੂਗੋਲੇ ਆ ਚੱਲੀਆਂ, ਲਵੇ ਲੱਗੀਆਂ ਹੋਈਆਂ ਨੇ। ਆਪਣੇ ਉੱਥੇ ਡੰਡੀ ਚੜ੍ਹ ਗਈ 1500 ਨੌ ਦੀ, ਪ੍ਰਧਾਨ ਜੀ ਹਾਕਾ ਮਾਰਦੇ ਨੇ। ਆਹ ਦੇਖੋ ਰਿੰਪੇ ਬਾਈ ਵਾਲਾ ਮਾੜਾ ਸਾਹਿਬ ਨੌ, ਇਹਦਾ ਗੁਰਮੁਖ ਸਿੰਘ ਹੈ, ਲੱਗਿਆ ਹੋਇਆ ਕੱਖ ਕੱਢਣੇ ਵੀ, ਹਾਕਾ ਮਾਰਦਾ। ਅਤੇ ਲਓ ਕਰੋ ਚੈੱਕ, ਤੁਹਾਡੇ ਸਾਹਮਣੇ ਹੀ ਆ। ਫਿਰ ਰੋਜ਼ ਮੀਂਹ, ਰੋਜ਼ ਮੀਂਹ, ਨਾਲੇ ਜ਼ਿਮੀਂਦਾਰ ਦੁਖੀ, ਅਤੇ ਨਾਲੇ ਚਲੋ ਜੋ ਕਰਨਾ ਉਹ ਨਹੀਂ ਕਰਨਾ, ਹੁਣ ਕਰੇ ਵੀ ਕੀ ਸਕਦੇ ਹਾਂ। ਆਉਂਦਾ ਜ਼ਰੂਰ ਹੈ, ਨਹੀਂ ਪੈਂਦਾ ਉਹ ਗੱਲ ਵੱਖਰੀ ਹੈ, ਨਹੀਂ ਹੀਲਾ ਬਣਦਾ ਪਾਣੀ ਸੁੱਟਣ ਦਾ, ਲੈ ਕੇ ਤਾਂ ਜ਼ਰੂਰ ਆਉਂਦਾ ਪਰ ਲੰਘ ਜਾਂਦਾ ਉਰੇ ਪਰੇ, ਲਾਣੇਦਾਰ ਵੀ ਫਿਰਦਾ। ਦੇਖੋ ਬੜ ਗੁੱਜਰਾਂ ਚੱਲਦਾ ਗੁਰਦੁਆਰਾ ਸਾਹਿਬ ਦਾ ਕੰਮ, ਸੇਵਾ ਚੱਲਦੀ ਆ। ਇਹਦੇ ਖਰਚੇ, ਝੋਨੇ ਦੇ ਖਰਚਾ ਬਹੁਤ ਆਉਂਦਾ ਮਿੱਤਰੋ, ਜੇ ਖਰਚਾ ਨਹੀਂ ਕਰਾਂਗੇ ਤਾਂ ਫਸਲ ਨਹੀਂ ਨਿਕਲਦੀ, ਜੇ ਫਸਲ ਕੱਢਣੀ ਹੈ ਤਾਂ ਖਰਚਾ ਕਰਨਾ ਪੈਣਾ, ਖਰਚੇ ਤੋਂ ਬਾਅਦ ਹੀ ਚਰਚਾ ਹੋਣਾ। ਫਿਰ ਬਾਅਦ 'ਚ ਕਹੀ ਜਾਂਦੇ ਨੇ ਸਾਡੇ ਤਾਂ ਨਿਕਲੀ ਨਹੀਂ ਹੈਗੀ, ਅਤੇ ਝੂਠ ਬੋਲਦੇ ਹੋ। ਚਲੋ ਆਪਾਂ ਕਿਸੇ ਨੂੰ ਸੱਚ ਦੱਸ ਕੇ ਲੈਣਾ ਵੀ ਕੀ ਹੈ, ਜੇ ਦੇਖਿਆ ਜਾਵੇ ਆਪਣੇ ਮਨ ਦੀ ਤਸੱਲੀ ਹੋਣੀ ਚਾਹੀਦੀ ਆ ਵੀ ਆਪਣੇ ਫਸਲ ਵਧੀਆ ਨਿਕਲੀ ਆ। ਦੱਸਾਂਗੇ ਕਿਸੇ ਨੂੰ ਠੇਕਾ ਹੀ ਵਧੂਗਾ ਕੀ ਫਾਇਦਾ, ਅਗਲੇ ਨੂੰ ਸਮਾਂ 'ਤੇ ਮੰਨ ਜਿਆ ਕਰੋ ਵੀ ਹਾਂ ਸਾਡੇ ਵੀ ਘੱਟੇ ਨਿਕਲੀ ਆ ਮਿੱਤਰੋ, ਕੋਈ ਚੱਕਰ ਨਹੀਂ, ਆਪਣੇ ਮਨ ਦੀ ਤਸੱਲੀ ਆ ਵੀ ਆਪਣੀ ਫਸਲ ਵਧੀਆ। ਹੁਣ ਤੁਹਾਡੇ ਸਾਹਮਣੇ ਆ ਦੇਖ ਲਓ ਰੌਣਕ ਪਲਾਟ ਦੀ ਸਾਰੇ ਦੀ, ਖਰਚੇ ਤੋਂ ਬਿਨਾਂ ਕੁਛ ਨਹੀਂ, ਜਿੰਨੇ ਰੇਹ ਪਾਏ ਨੇ ਸਾਰਿਆਂ ਨਾਲੇ ਕੁਛ ਨਾ ਕੁਛ ਪਾਇਆ, ਉਹ ਤੁਸੀਂ ਦੇਖ ਹੀ ਲਿਆ। ਕਰੋ ਚੈੱਕ ਜਿਹੜੇ ਅਗੇਤੇ ਪਲਾਟ ਨੇ, ਅਤੇ ਆਹ ਵੀ ਅਗੇਤਾ ਦੇਖੋ, ਓਕੇ ਦੀ ਰਿਪੋਰਟ। ਛੱਬੀ ਝੋਨਾ, ਕਰੋ ਬੂਝਾ ਚੈੱਕ,
ਆ ਲੇਟ ਹੈ, ਇਹਨੂੰ ਤਿੰਨ ਰੇਹ ਲੱਗ ਗਏ, ਸਵੇਰੇ ਹੀ ਰੇਹ ਲਾਇਆ ਅੱਜ ਇਹਨੂੰ। ਹਾਂ ਹੋ ਸਕਦਾ ਵੀ ਥੋੜ੍ਹਾ ਜਿਹਾ ਬੂਝਾ ਘੱਟ ਕਰੇ ਕਿਉਂਕਿ ਵੀ ਲੇਟ ਲੱਗਿਆ, ਬਾਕੀ ਦਿਖਾਉਂਦੇ ਰਹਾਂਗੇ ਤੁਹਾਨੂੰ ਜਿਵੇਂ ਵੀ ਹੈਗਾ। ਲੱਗਦਾ ਵੀ ਆਸਾਰ ਹੈ ਵੀ ਪਹਿਲੇ ਅਗੇਤੇ ਨਾਲ ਦਾ ਬੂਝਾ ਨਹੀਂ ਹੋਣਾ ਹੈਗਾ, ਬਾਕੀ ਟਾਈਮ ਦਾ ਕੋਈ ਪਤਾ ਨਹੀਂ। ਆਪਾਂ ਆਪਣੇ ਵੱਲੋਂ ਪੂਰੀ ਸੇਵਾ ਕਰਦੇ ਹਾਂ, ਬੰਦੇ ਸਾਰੀ ਦਿਹਾੜੀ ਵਿੱਚ ਰਹਿੰਦੇ ਨੇ, ਜੋ ਕੰਮ ਕਾਰ ਚੱਲਦਾ ਚੱਲੀ ਜਾਂਦਾ, ਰੇਹਾਂ ਦਾ ਕੱਖ ਕਢਾਈ, ਪਾਣੀ ਲਵਾਈ, ਜਿੱਦਾਂ ਵੀ ਹੈਗਾ। ਬਹੁਤ ਜ਼ਿਆਦਾ ਗਰਮੀ ਯਾਰ, ਡੱਕਾ ਨਹੀਂ ਚਹਿਲਦਾ ਹਵਾ ਦਾ, ਦੇਖੋ ਐਨ ਜਿਵੇਂ ਹੀ ਡੇਕ ਸੌਂਏ ਗਈ, ਜਿਵੇਂ ਹੀ ਨਹੀਂ ਹਵਾ ਚੱਲਦੀ ਹੈ। ਇਹਨੇ ਬਣਾਇਆ ਗੰਨਾ ਅਤੇ ਬੰਨਣੇ ਵਾਲੇ ਮੈਨੂੰ ਲੱਗਦਾ ਕਾਹਲੀ ਜਿਹੀ ਕਰ ਗਏ, ਉਈਓਂ ਕਿਤੇ ਬੰਨਤਾ ਕਿਤੇ ਛੱਡਤਾ, ਤਰੀਕੇ ਜਿਹੇ ਨਾਲ ਨਹੀਂ ਬੰਨਿਆ, ਮੈਨੂੰ ਐਂ ਲੱਗਦਾ ਜਿਵੇਂ ਕੋਲ ਨਹੀਂ ਆਏ ਹੁੰਦੇ ਜਾਂ ਦੱਸਿਆ ਨਹੀਂ ਹੁੰਦਾ। ਬਾਕੀ ਹੈ ਵੀ ਬਿਲਡਾ ਜੀ, ਐਡਾ ਕੋਈ ਠੀਕ ਠੀਕ ਜਿਹਾ ਹੀ ਆ, ਨੋਰਮਲ ਜਿਹਾ, ਜ਼ਿਆਦਾ ਹੈਵੀ ਨਹੀਂ ਹੈਗਾ, ਦੂਸਰੇ ਸਾਲ ਵਾਲਾ। ਓ ਜੀ ਮਿੱਤਰੋ ਕਰੋ ਚੈੱਕ, ਆਹ ਆਪਣਾ ਪਲਾਟ, ਇੱਥੋਂ ਕਰਿਆ ਸੀ ਆਪਾਂ ਕੰਮ ਸਟਾਰਟ। ਤੇ ਸਾਹਮਣੇ ਹੀ ਹੈ ਆਹ ਦਰੱਖਤਾਂ ਦਾ ਲਵਾ, ਹਾਂਜੀ ਅੱਜ ਲਾਏ ਨੇ ਦੋ ਤਿੰਨ ਘੰਟੇ ਇਹਦੇ 'ਤੇ। ਇੱਕ ਤਾਂ ਟੋਟਾ ਲੱਗਦਾ ਸੀ ਇਹ ਲਾਇਆ, ਅਤੇ ਆਹ ਮੂਹਰੇ ਟੁੱਟ ਗਿਆ ਸੀ ਪੈਪ, ਅਤੇ ਹੁੱਕ ਆਪਾਂ ਕਰੋਸ ਦੀ ਉਹਨਾਂ ਦੀ, ਅਤੇ ਝੋਨੇ ਦੇ ਵਿੱਚ ਇਹ ਦੋ ਤਿੰਨ ਵਾਰੀ ਥੱਲੇ ਸਿੱਟਤਾ, ਨਹੀਂ ਬਹੁਤ ਵਧੀਆ ਕੰਮ ਸਰਦਾ ਆਪਣਾ ਰੇੜਾ, ਅਤੇ ਥੱਲੇ ਲਾਈਏ ਜੇ ਆਪਾਂ ਕੈਂਚੀ ਟੁੱਟਣ ਤੋਂ। ਪਲਾਟ 'ਚੋਂ ਹਰਾ ਉਹਦੇ ਕਰਕੇ ਵੀ ਲੋੜ ਹੈ, ਅਤੇ ਅੱਜ ਇਹਦੇ ਲਾਇਆ ਦੋ ਤਿੰਨ ਘੰਟੇ, ਸਾਰੀ ਪਾਈਪ ਲੰਬੀ ਲਾਈ ਆ ਨਾਲ ਵੱਢ ਕੇ, ਪਹਿਲਾਂ ਸਿਸਟਮ ਆ ਪਿਆ ਲਾਇਆ, ਅਤੇ ਬਾਕੀ ਸਾਰੇ ਟਾਂਕੇ ਟੱਲੇ ਜੋ ਲੱਗਣੇ ਵਾਲੇ ਦੀ ਉਹ ਕਰੇ ਨੇ ਓਕੇ ਦੇ। ਇੱਕ ਥੱਲਿਓਂ ਆ ਲੱਗਦੇ ਅਤੇ ਦੋਵੇਂ ਪਾਸਿਓਂ ਟਾਇਰ ਉਰੇ ਇੱਧਰ ਵੀ ਅਤੇ ਉੱਧਰ ਵੀ ਇਹਨੇ ਥੱਲੇ ਦਿੱਤੇ ਨੇ, ਉਹ ਗੁੱਟ ਕੇ ਜੇ ਦੇ ਕੇ ਦੋਵੇਂ ਪਾਸੇ ਹਿੱਸਾ ਚੱਕ ਤਾਂ ਉੱਚਾ ਕਰਿਆ ਆਪੇ।
ਅਤੇ ਹੁਣ ਇਹਨੂੰ ਮਾਰਦੇ ਹਾਂ ਕਾਲਾ ਤੇਲ, ਕਾਲਾ ਤੇਲ ਮਾਰ ਕੇ ਫਿਰ ਜਰਨੀ ਪਊਗੀ, ਜਰਦਾ ਨੂੰ ਪਈ ਵੀ ਉਹ ਜਿਹੜੀ ਬਚਿਆ ਰਹੂਗਾ ਇਹਨੂੰ ਕੋਈ ਹੋ ਗਏ 10 ਤੋਂ 12 ਸਾਲ ਇੱਦਾਂ ਹੀ ਵਧੀਆ ਕੰਮ ਸਾਰਦਾ ਆਪਣਾ ਛੋਟੀ ਟਰਾਲੀ ਵਜੋਂ 8-10 ਥੈਲੇ ਰੇਹ ਦੇ ਹੋਰ ਲੱਲੀ ਭੱਬੀ ਜੋ ਵੀ ਸਪਰੇਅ ਖਾਦ ਖੂਦ ਲੈ ਕੇ ਆਉਣੀ ਜਾਣੀ ਪਨੀਰੀ ਛੱਡਣੀ ਸਾਰੇ ਕੰਮ ਛੋਟੇ ਟਰੈਕਟਰ ਮਗਰ ਵਧੀਆ ਕਰੀ ਜਾਂਦਾ। ਨਾਲੇ ਪਸ਼ੂਆਂ ਦਾ ਹਰਾ ਚਾਰਾ ਡਾਇਟ ਲਿਆਉਣਾ 8-10 ਥੈਲੇ ਪਿਆ ਕੇ ਉਹ ਵੀ ਐਨ ਸਾਰਾ ਕੁਛ ਓਕੇ ਦੀ ਰਿਪੋਰਟ ਕਰਦਾ ਕੰਮ ਸਾਰਦਾ ਆਪਣਾ ਵਧੀਆ। ਅਤੇ ਆ ਪਿਆ ਸਿਸਟਮ ਪਹਿਲਾਂ ਵਾਲਾ, ਆਹ ਨਾਲ ਵੱਢ ਕੇ ਲਾਈ ਆ ਨਵੀਂ, ਆ ਪਿਆ ਡੰਗਾ ਤੜੰਗਾ ਕਰਿਆ ਆਪਣਾ ਪਲੇਟ ਲਾ ਕੇ ਰੱਖੀ ਹੋਈ ਆ, ਉੱਤੋਂ ਆਪਣਾ ਕੰਮ ਸਾਰੀ ਜਾਂਦਾ। ਇੱਕ ਬਣਾਇਆ ਆਪਾਂ ਨੇ ਆਹ ਬੈਠੇ ਬੈਠਿਆਂ ਨੇ ਵਿਹਲੇ ਬੈਠੇ ਤੇ ਚਲੋ ਮੁੰਡਾ, ਇਹ ਪਿਆ ਦੀ ਆਪਣੇ ਕੋਲ ਘਰੇ ਪੰਪ ਅਤੇ ਮੋਟਰ ਵੀ ਪਈ ਤੀ, ਮੋਟਰ ਲਾਈ ਆ ਇੱਕ ਦੀ, ਹੁਣ ਇਹ 'ਤੇ ਲਾਉਣੀ ਆਪਾਂ 2 ਦੀ, ਚੱਲਦੀ ਆ ਜਾਣੀ ਵਧੀਆ, ਜਾਣੀ ਆਪਾਂ ਨੇ 2 ਦੀ ਲਾ ਦੇਣੀ ਆ। 2 ਦੀ ਤਾਂ ਲਾ ਦੇਣੀ ਆ ਕਿਉਂਕਿ ਆਪਣੇ ਦੂਏ 'ਤੇ ਵੀ ਇਹਦੇ 'ਤੇ ਵੀ 2 ਦੀ ਉਹ ਹੈ, ਇਹ ਪੰਪ ਛੋਟਾ ਵੈਸੇ। ਚੱਲਦਾ ਵੀ ਪਾਣੀ ਪੂਣੀ ਸਾਰਾ ਕੁਛ ਓਕੇ ਦੀ ਰਿਪੋਰਟ ਚਲਾਇਆ ਆਪਾਂ ਨੇ, ਇਹਨੂੰ ਕਰਾਂਗੇ ਫਿੱਟ ਫਿੱਟ ਗਾਣੇ ਸਰ, ਮੋਟਰ ਲਾ ਕੇ ਫਿਰ ਢਕਾਂਗੇ ਕਵਰ ਨਾਲ ਵੀ ਪਾਣੀ ਪੂਣੀ ਨਾ ਪਵੇ, ਸਿੰਗਲ ਬੈਲਟ ਪਾਈ ਆ। ਪਹਿਲਾਂ ਇਹਦੇ 'ਚ ਪੁਲੀ ਜ਼ਿਆਦਾ ਸੀਗੀ, ਇਹ ਪੁਲੀ 'ਤੇ ਚੱਕਰ ਬਹੁਤ ਜ਼ਿਆਦਾ ਸੀ, ਅਤੇ ਫਿਰ ਪਾਈ ਆਪਾਂ ਨੇ ਆਹ ਕੰਪਰੈਸਰ ਦੀ ਹਵਾ ਵਾਲੇ ਦੀ 8 ਦੀ, ਅਤੇ ਹੁਣ ਚੱਕਰ ਵੀ ਸਹੀ ਨੇ ਅਤੇ ਪਾਣੀ ਵੀ ਪ੍ਰੈਸ਼ਰ ਵੀ ਸਹੀ ਆ। ਘਰ ਹੀ ਬਣਾਤਾ ਆਪਣਾ ਹਿਸਾਬ ਲਾ ਲਓ ਵੀ ਤੁਸੀਂ, ਜੇ 4000 ਦੀ ਮੋਟਰ ਤਾਂ 4000 ਦਾ ਪੰਪ ਅਤੇ 1000-1200 ਦਾ ਸਿਸਟਮ ਆ ਥੱਲੇ ਵਾਲਾ ਐਂਗਲ ਸਿੰਗਲ ਜੋ ਵੀ, ਜਾਣੀ 9,000 ਦੇ ਵਿੱਚ ਕੰਪਲੀਟ ਹੁੰਦਾ। ਨਾਲੇ ਬੜਾ ਪੰਪ, ਐਡਾ ਪੰਪ ਨਹੀਂ ਲਾਉਂਦੇ, ਇਹ ਤਾਂ ਬਹੁਤ ਜ਼ਿਆਦਾ ਵੱਡਾ ਸਪਰੇਅ ਵਾਲੇ ਪੰਪ ਦਾ ਸੀਗਾ, ਅਤੇ ਤੁਹਾਨੂੰ ਦਿਖਾਉਣਾ ਇਹਦਾ ਨਾ ਇੱਕ ਪਿਸਟਮ ਵਾਲਾ ਟੁੱਟਿਆ ਹੋਇਆ ਦੇਖੋ, ਆ ਦੇਖੋ 2 ਪਿਸਟਮ ਚੱਲਦੇ ਨੇ, ਲਓ 2 ਤੋਂ ਹੀ ਵਧੀਆ ਕੰਮ ਕਰ ਰਿਹਾ ਇਹ, ਬਹੁਤ ਚਿਰ ਦਾ ਆਪਣਾ ਲਾ ਕੇ ਰੱਖਿਆ ਸੀ। ਆ ਦੇਖੋ ਇੱਕ ਪਿਸਟਮ ਘੁੰਮਦਾ ਨਹੀਂ ਨਾ, ਵਿੱਚੋਂ ਕਰੈਂਕ ਟੁੱਟੀ ਹੋਈ ਹੈ, ਆਪਣਾ ਪੂਰਾ ਵਧੀਆ ਕੰਮ ਸਾਰ ਰਿਹਾ ਫਿਰ ਵੀ 2 ਪਿਸਟਮਾਂ ਨਾਲ ਵੀ।